हेल्थ रिलेटेड कई इश्यूज़ नूं लेके जी मैं पहुँच गया आजाद नगर फिरोजपुर सिटी दे SSK न्यूरो साइकेट्री सेंटर दे विच। जी हाँ, जिथे अंदर चल के देखांगे हेल्थ नाल रिलेटेड केड़ियां सर्विसेज दित्तियां जांदियां ने। ਇਲਾਜ ਦੇ ਵਿੱਚ ਡਿਫਰੈਂਟ ਟਾਈਪ ਦੀਆਂ ਮੈਡੀਸਿਨਸ ਲੱਗਦੀਆਂ ਨੇ ਜਿੱਥੋਂ ਜਿਸ ਨੂੰ ਯਾਨੀ ਕਿ ਇੱਥੋਂ ਦੇ ਸਟਾਫ ਵੱਲੋਂ ਚੈੱਕ ਕੀਤਾ ਜਾਂਦਾ ਟਾਈਮ ਟੂ ਟਾਈਮ। ਕੋਈ ਮੈਡੀਸਿਨ ਐਕਸਪਾਇਰ ਤਾਂ ਨਹੀਂ ਹੋਊਗੀ? ਇਹ ਕਿਸ ਤਰ੍ਹਾਂ ਦੀ ਮੈਡੀਸਿਨ ਚਾਹੀਦੀ ਹੈ ਸਾਰਾ ਜੀ ਇੱਥੋਂ ਦੇ ਸਟਾਫ ਉੱਪਰ ਡਿਪੈਂਡ ਹੈ। ਬਟ ਇੱਥੋਂ ਦੇ ਡਾਕਟਰ ਦੀ ਸਪੈਸ਼ਲ ਅਤੇ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਲੇਟੈਸਟ ਟੈਕਨੋਲੋਜੀ ਆਪਣੀ ਹੋਸਪਿਟਲ ਦੇ ਵਿੱਚ ਆਪਣੇ ਪੇਸ਼ੈਂਟ ਦੇ ਲਈ ਸੁਵਿਧਾ ਮੁਹੱਈਆ ਕਰਵਾਈ ਹੋਈ ਹੈ। ਰੀਜ਼ਨ ਬੀਂਗ ਕਿ ਇਹ ਨਹੀਂ ਚਾਹੁੰਦੇ ਕਿ ਇਹਨਾਂ ਦੇ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਇਹਨਾਂ ਦੀ ਸਰਵਿਸ ਵੱਲੋਂ ਮਹਿਸੂਸ ਹੋਵੇ। ਫਰੈਂਡਸ, ਇੱਥੇ ਮੈਂ ਤੁਹਾਨੂੰ ਦੱਸਦਾ ਜੀ ਜਨਰਲ ਵਾਰਡ ਦੇ ਨਾਲ ਨਾਲ ਇਹਨਾਂ ਵੱਲੋਂ ਪ੍ਰਾਈਵੇਟ ਵਾਰਡਸ ਵੀ ਤੁਹਾਨੂੰ ਪ੍ਰੋਵਾਈਡ ਕਰਵਾਏ ਗਏ ਨੇ। ਜੇਕਰ ਕੋਈ ਪੇਸ਼ੈਂਟ ਨਸ਼ੇ ਦੇ ਨਾਲ ਪੀੜਿਤ ਹੈ ਜੀ, ਉਸਦਾ ਪ੍ਰੋਪਰ ਇੱਕ ਘਰ ਦੇ ਰਹਿਣ ਸਹਿਣ ਵਾਂਗੂ ਉਸਨੂੰ ਮਾਹੌਲ ਦੇਣ ਤੋਂ ਬਾਅਦ ਜੀ ਉਹਦਾ ਪ੍ਰੋਪਰ ਟ੍ਰੀਟਮੈਂਟ ਜਿਹੜਾ ਕਿ ਕੀਤਾ ਜਾਂਦਾ ਹੈ। ਦੇਖ ਸਕਦੇ ਹੋ ਬਹੁਤ ਹੀ ਵਧੀਆ ਇਨਫਰਾਸਟ੍ਰਕਚਰ ਦਿੱਤਾ ਗਿਆ ਪੇਸ਼ੈਂਟ ਨੂੰ, ਜਿੱਥੇ ਪੀਸਫੁਲੀ ਉਹਨਾਂ ਦਾ ਜਿਹੜਾ ਕਿ ਟ੍ਰੀਟਮੈਂਟ ਉਹ ਕੀਤਾ ਜਾਂਦਾ। ਨਾਲ ਦੀ ਨਾਲ ਇਹ ਬਿਮਾਰੀਆਂ ਕਿਉਂ ਲੱਗਦੀਆਂ ਨੇ, ਕੀ ਕੌਜ਼ ਹੈ ਅਤੇ ਕਿੰਨੇ ਟਾਈਮ 'ਚ ਠੀਕ ਹੁੰਦੀਆਂ ਨੇ, ਇਹ ਜਾਣਕਾਰੀ ਲੈਣ ਦੇ ਲਈ ਜੀ ਇੱਥੇ ਦੋ ਡਾਕਟਰਸ ਨੇ, ਮ੍ਰਿਦੁਲ ਸ਼ਰਮਾ ਅਤੇ ਗੌਰੀ ਸ਼ਰਮਾ, ਜਿਨ੍ਹਾਂ ਦੇ ਨਾਲ ਮੈਂ ਜਲਦ ਜੁੜਾਂਗੀ। ਬਟ ਅਪਾਰਟ ਫਰੋਮ ਦ ਡਾਕਟਰ, ਇੱਥੇ ਮੈਂ ਤੁਹਾਨੂੰ ਦੱਸਦਾ ਜੀ ਲੈਬੋਰਟਰੀ ਦੀ ਫੈਸਿਲਿਟੀ ਦੇ ਨਾਲ ਨਾਲ ਹਰੇਕ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਕਿ ਇਹਨਾਂ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਚਾਹੀਦੀ ਹੈ ਉਹ ਇਹਨਾਂ ਨੇ ਇਸ ਹੋਸਪਿਟਲ ਦੇ ਵਿੱਚ ਵੀ ਪ੍ਰੋਵਾਈਡ ਕਰਵਾਈ ਹੋਈ ਹੈ। ਬਿਹਤਰ ਜਾਣਕਾਰੀ ਲਈ ਜੁੜਦੇ ਹਾਂ ਜੀ ਡਾਕਟਰ ਮ੍ਰਿਦੁਲ ਸ਼ਰਮਾ ਜੀ ਦੇ ਨਾਲ। ਆਜ ਸਟੂਡੈਂਟ, ਜ਼ਿਆਦਾ ਜਾਣਕਾਰੀ ਦੇ ਲਈ ਜੀ ਮੈਂ ਇੱਥੋਂ ਦੇ ਡਾਕਟਰ ਮ੍ਰਿਦੁਲ ਸ਼ਰਮਾ ਜੀ ਦੇ ਨਾਲ ਜੁੜ ਚੁੱਕੀ ਹਾਂ, ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਰ ਮੈਂ ਪੁੱਛਣਾ ਚਾਹਾਂਗੀ ਜੀ SSK ਸੈਂਟਰ ਕਦੋਂ ਸਟਾਰਟ ਕੀਤਾ ਗਿਆ ਸੀ? ਅਸੀਂ ਇਹ ਸੈਂਟਰ ਸ਼ੁਰੂ ਕੀਤਾ ਸੀ ਅਰਾਊਂਡ ਅਬਾਊਟ 6 ਮੰਥਸ ਬੈਕ ਜੀ। ਇੱਥੇ ਇੱਕ ਪਰਟੀਕੂਲਰ ਨਿਊਰੋਸਾਈਕੈਟਰੀ ਦਾ ਕੋਈ ਸੈਂਟਰ ਹੈਗਾ ਹੀ ਨਹੀਂ ਹੈ ਜੀ, ਪੂਰੇ ਫਿਰੋਜ਼ਪੁਰ ਦੀ ਗੱਲ ਕਰਦੇ ਹੋਏ। ਇਸ ਕਰਕੇ ਅਸੀਂ ਸ਼ੁਰੂ ਕੀਤਾ ਸੀ ਇੱਥੇ। ਸਰ ਮੈਂ ਨਿਊਰੋਸਾਈਕੈਟਰੀ ਦੀ ਗੱਲ ਕਰਾਂ, ਮਤਲਬ ਕਿਹੜੇ ਕਿਹੜੇ ਤੁਸੀਂ ਹੈਲਥ ਨਾਲ ਰਿਲੇਟਡ ਜਿਹੜੇ ਇਸ਼ੂਜ਼ ਨੇ ਉਹ ਟ੍ਰੀਟ ਕਰਦੇ ਹੋ? ਦੇਖੋ, ਅਸੀਂ ਟ੍ਰੀਟ ਕਰਦੇ ਹਾਂ ਨਿਊਰੋ ਐਜ਼ ਵੈਲ ਐਜ਼ ਸਾਈਕੈਟਰੀ ਜੀ। ਠੀਕ ਹੈ, ਦੋਵੇਂ ਚੀਜ਼ਾਂ ਕੰਬਾਈਂਡ ਨੇ ਜੀ। ਜਿਹੜਾ ਮੋਸਟ ਕਾਮਨਲੀ ਅੱਜ ਕੱਲ੍ਹ ਦੇਖੀ ਜਾ ਰਹੀ ਬਿਮਾਰੀ ਉਦਾਸੀ ਦੀ, ਜਿਹਨੂੰ ਕਹਿੰਦੇ ਡਿਪਰੈਸ਼ਨ। ਸੈਕਿੰਡ ਥਿੰਗ ਇਜ਼ ਐਂਗਜ਼ਾਇਟੀ, ਠੀਕ ਹੈ। ਥਰਡ ਥਿੰਗ ਇਜ਼ ਸਾਈਕੋਸਿਸ, ਸਕਿਜ਼ੋਫਰੀਨੀਆ, ਜਿਹੜੀ ਪਾਗਲਪਨ ਦੀ ਬਿਮਾਰੀਆਂ ਹੁੰਦੀਆਂ, ਠੀਕ ਹੈ। ਤੇਜ਼ੀ 'ਚ ਆ ਜਾਣਾ, ਬਾਈਪੋਲਰ ਮੂਡ ਡਿਸਆਰਡਰਸ, ਠੀਕ ਹੈ। ਅਤੇ ਨਾਲ ਨਾਲ ਬਥੇਰੀਆਂ ਹੋਰ ਬਿਮਾਰੀਆਂ ਨੇ, ਡਿਮੈਂਸ਼ੀਆ ਹੋ ਗਈ, ਪਾਰਕਿੰਸਨਸ ਹੋ ਗਈ, ਜਿਹੜੀ ਕਿ ਅਸੀਂ ਚੰਗੇ ਤਰੀਕੇ ਨਾਲ ਇੱਥੇ ਟ੍ਰੀਟ ਕਰ ਸਕਦੇ ਹਾਂ। ਕੀ ਸਿੰਪਟਮਸ ਹੁੰਦੇ, ਕਿਵੇਂ ਪਤਾ ਲੱਗਦਾ ਕਿਸੇ ਬੰਦੇ ਨੂੰ ਕਿ ਮੈਂ ਡਿਪਰੈਸ਼ਨ ਦੇ ਵਿੱਚ ਜਾ ਰਿਹਾ? ਦੇਖੋ, ਉਦਾਸੀ ਇੱਕ ਚੀਜ਼ ਨੋਰਮਲ ਵੀ ਹੁੰਦੀ ਹੈ ਜੀ, ਟਿਲ 10% 20% ਮੰਨ ਲਈਏ ਕਿ ਵੀ ਹਾਂ ਉਦਾਸੀ ਹੁੰਦੀ ਹੈ, ਹਰ ਬੰਦੇ 'ਚ ਹੁੰਦੀ ਹੈ, ਕਿਤੇ ਨਾ ਕਿਤੇ ਲਾਈਫ 'ਚ ਸਟ੍ਰੈਸ ਹੈਗਾ ਹੀ ਹੈਗਾ ਸਾਰਿਆਂ ਦੇ, ਠੀਕ ਹੈ। ਬਟ ਜੇ ਉਹ ਸਟ੍ਰੈਸ ਤੁਹਾਡੇ 'ਤੇ ਹਾਵੀ ਹੋ ਜੇ, ਤੁਹਾਨੂੰ ਕੰਮ ਨਾ ਕਰਨ ਦੇ, ਠੀਕ ਹੈ, ਤੁਹਾਡੀ ਡੇ ਟੂ ਡੇ ਐਕਟੀਵਿਟੀਜ਼ ਨੂੰ ਹੈਂਪਰ ਕਰੇ ਜੀ, ਤੁਸੀਂ ਚੰਗੀ ਤਰ੍ਹਾਂ ਤੁਹਾਨੂੰ ਭੁੱਖ ਨਾ ਲੱਗੇ ਜੀ, ਠੀਕ ਹੈ, ਤੁਹਾਨੂੰ ਪਿਆਸ ਨਾ ਲੱਗੇ, ਤੁਹਾਡਾ ਲੋਕਾਂ ਨਾਲ ਗੱਲਬਾਤ ਕਰਨ ਦਾ ਮਨ ਨਾ ਕਰੇ ਜੀ, ਠੀਕ ਹੈ, ਇਕੱਲੇ ਰਹਿਣ ਲੱਗ ਜਾਓ, ਇਹ 4-5 ਮੁੱਖ ਲੱਛਣ ਨੇ। ਕਿਉਂਕਿ ਇੱਕ ਕੈਮੀਕਲ ਇੰਬੈਲੈਂਸ ਹੈ, ਨੋਰਮਲ ਚੀਜ਼ ਹੈ, ਬ੍ਰੇਨ 'ਚ ਕੈਮੀਕਲਸ ਨੇ ਸਾਰੇ, ਇੱਕ ਹੈਪੀ ਕੈਮੀਕਲ ਘੱਟ ਗਿਆ ਆਪਣਾ, ਠੀਕ ਹੈ, ਉਹਦੇ ਕਰਕੇ ਡਿਪਰੈਸ਼ਨ ਚਲੇ ਗਏ ਲੋਕ। ਅਤੇ ਕਈ ਵਾਰ ਇੱਦਾਂ ਹੁੰਦਾ ਕਿ ਪੇਸ਼ੈਂਟ ਨੂੰ ਤੁਸੀਂ ਰਹਿਣਾ ਵੀ ਪੈਂਦਾ ਹੈ, ਅਤੇ ਉਸਦੀਆਂ ਉਸਨੂੰ ਰਹਿ ਕੇ ਕਿਹੜੀ ਫੈਸਿਲਿਟੀਜ਼ ਦਿੱਤੀਆਂ ਹੋਈਆਂ ਨੇ? ਸਾਡੇ ਕੋਲ ਨੀਅਰ ਅਬਾਊਟ 10 ਬੈਡਸ ਨੇ, ਠੀਕ ਹੈ, ਜਿਹਦੇ 'ਚ 2-2 ਸੈਪਰੇਟ ਕੀਤੇ ਹੋਏ ਨੇ ਬੈਡਸ,
as per MCI guidelines. ਇਸ ਦੇ ਨਾਲ ਮਤਲਬ ਤੁਸੀਂ ਏਅਰ ਕੰਡੀਸ਼ਨ ਵਾਰਡ ਦਿੱਤਾ ਹੋਇਆ ਪ੍ਰਾਈਵੇਟ ਵਾਰਡ ਦੀ ਫੈਸਿਲਿਟੀ ਪ੍ਰੋਵਾਈਡ ਕਰਵਾ ਰਹੇ ਹੋ ਬਿਲਕੁਲ ਬਿਲਕੁਲ ਤੇ ਇਸ ਖਾਣਾ ਵਗੈਰਾ ਵੀ ਫੂਡ ਐਂਡ ਐਵਰੀਥਿੰਗ ਇਜ਼ ਇਨਕਲੂਡਿਡ ਸੋ ਦਰਸ਼ਕਾਂ ਤੇ ਛੋਟੀ ਜਿਹੀ ਗੱਲਬਾਤ ਕੀਤੀ ਸੀ ਡਾਕਟਰ ਮ੍ਰਿਦੁਲ ਸ਼ਰਮਾ ਜੀ ਦੇ ਨਾਲ ਬੈਸਟ ਹੈਲਥ ਸਰਵਿਸਿਜ਼ ਦਾ ਅਵਾਰਡ ਸੈਰ ਪੰਜਾਬ ਦੀ ਪ੍ਰੋਗਰਾਮ ਵੱਲੋਂ ਜੀ ਮੈਂ ਇਹਨਾਂ ਨੂੰ ਦੇਣਾ ਚਾਹਾਂਗੀ ਬਟ ਜਾਣ ਤੋਂ ਪਹਿਲਾਂ ਇੱਕ ਬਹੁਤ ਹੀ ਖੂਬਸੂਰਤ ਜਿਹਾ ਮੈਸੇਜ ਹੈ ਜਿਹੜਾ ਕਿ ਸ਼ੇਅਰ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ ਸੁਣਿਓ ਜ਼ਰੂਰ ਇੱਕ ਬਹੁਤ ਹੀ ਜ਼ਿਆਦਾ ਸਿੰਪਲ ਗੱਲ ਜਿਹੜੀ ਆਪਾਂ ਨੂੰ ਸਮਝ ਨਹੀਂ ਆ ਰਹੀ ਹੈ ਉਹ ਮੈਂ ਇੱਕ ਲਾਈਨ 'ਚ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਿਮਾਰੀ ਕਿਹੋ ਜਿਹੀ ਵੀ ਹੋਵੇ ਦਿਮਾਗੀ ਕਿਸੇ ਵੀ ਤਰੀਕੇ ਦੀ ਹਰ ਚੀਜ਼ ਦਾ ਸੋਲਿਊਸ਼ਨ ਹੈਗਾ ਅੱਜ ਦੇ ਟਾਈਮ 'ਚ ਹਰ ਬਿਮਾਰੀ ਦਾ ਆਪਣੇ ਕੋਲ ਸੋਲਿਊਸ਼ਨ ਹੈਗਾ ਫੋਰ ਐਗਜ਼ਾਮਪਲ ਜੇ ਬੰਦਾ ਨਸ਼ਾ ਵੀ ਕਰਦਾ ਹੋਵੇ ਉਹਦਾ ਵੀ ਆਪਣੇ ਕੋਲ ਸੋਲਿਊਸ਼ਨ ਹੈਗਾ ਅਤੇ ਟ੍ਰੀਟਮੈਂਟ ਪਰਟੀਕੁਲਰ ਹੁੰਦਾ ਬੰਦਾ ਛੱਡ ਜਾਂਦਾ ਡਿਪਰੈਸ਼ਨ ਐਂਗਜ਼ਾਇਟੀ ਫੋਬੀਆ ਬਾਕੀ ਹਰੇਕ ਬਿਮਾਰੀ ਜਿੰਨੀ ਵੀ ਨਿਊਰੋਸਾਈਕੈਟਰੀ ਬਿਮਾਰੀਆਂ ਹੁੰਦੀਆਂ ਹਰ ਚੀਜ਼ ਦਾ ਟ੍ਰੀਟਮੈਂਟ ਹੁੰਦਾ ਇਹ ਗਲਤ ਫਹਿਮੀ ਦਿਮਾਗ ਤੋਂ ਕੱਢ ਲਓ ਕਿ ਇਹ ਦਵਾਈਆਂ ਲੱਗ ਜਾਂਦੀਆਂ ਨੇ ਅਤੇ ਇਹ ਦਵਾਈਆਂ ਤੋਂ ਛੁਟਕਾਰਾ ਨਹੀਂ ਮਿਲਦਾ ਇਹ ਦਵਾਈਆਂ ਇੱਕ ਪਰਟੀਕੁਲਰ ਪੀਰੀਅਡ ਆਫ ਟਾਈਮ 'ਚ ਬਿਲਕੁਲ ਤੁਹਾਨੂੰ ਬਿਮਾਰੀ ਤੋਂ ਬਾਹਰ ਕਰ ਦਿੰਦੀ ਹੈ